ਸਿਆਸਤ ਚ ਰਿਸ਼ਤੇ ਜੁੜ ਰਹੇ ਨੇ, ਰਿਸ਼ਤੇ ਟੁੱਟ ਰਹੇ ਨੇ, ਇੰਡੀਆ ਅਲਾਇੰਸ ਨੂੰ ਲੈ ਕੇ ਚਰਚਾ ਹੈ। ਦੋ ਸਟੇਟਸ ਨੇ ਹੁਣ ਮਨਾ ਕਰਤੀ ਹੈ। ਪਹਿਲਾਂ ਭਗਵੰਤ ਮਾਨ ਵੱਲੋਂ 13-0 ਦਾ ਐਲਾਨ ਕੀਤਾ ਗਿਆ ਔਰ ਅੱਜ ਮਮਤਾ ਬੈਨਰਜੀ ਉਹਨਾਂ ਵੱਲੋਂ ਇੰਡੀਆ ਅਲਾਇੰਸ ਤੇ ਨਾ ਕਰ ਦਿੱਤੀ ਗਈ ਹੈ। ਸੁਨੀਲ ਜਾਖੜ ਹੋਣੀ ਬੀਜੇਪੀ ਦੇ ਪ੍ਰਧਾਨ ਨੇ ਪੰਜਾਬ ਦੇ, ਜਾਖੜ ਸਾਹਿਬ ਇਸ ਨਾਂ ਨੂੰ ਕਿਵੇਂ ਦੇਖਦੇ ਹੋ? ਕੋਈ ਐਥਿਕਸ ਜਾਂ ਮੋਰਲਟੀ ਵੀ ਨਜ਼ਰ ਆਉਂਦੀ ਹੈ ਇਸ ਦੇ ਪਿੱਛੇ ਜਾਂ ਸਿਆਸੀ ਫੈਸਲੇ? ਰਾਜਨੀਤਿਕ ਲੀਡਰਸ ਦਾ ਤਾਂ ਨੈਤਿਕਤਾ ਵਾਲੀ ਤਾਂ ਗੱਲ ਹੀ ਛੱਡ ਦਿਓ ਤੁਸੀਂ ਅਮਨ ਜੀ, ਅੱਜ ਕੱਲ ਜਿਹੜੇ ਜਿਸ ਕਿਸਮ ਦਾ ਨਿਘਾਰ ਮੈਂ ਦੇਖਣ ਨੂੰ ਮਿਲ ਰਿਹਾ ਹੈ ਰਾਜਨੀਤੀ ਦੇ ਅੰਦਰ, ਉਹਨੂੰ ਦੇਖ ਕੇ ਤੁਸੀਂ ਨੈਤਿਕਤਾ ਵਾਲੀ ਤਾਂ ਗੱਲਾਂ ਹੀ ਛੱਡੋ। ਅੱਜ ਜੇ ਆ ਕੁਣਬਾ ਬਾਨੂਮਤੀ ਦਾ ਕੁਣਬਾ ਜਿਹੜਾ ਜੋੜਨ ਦਾ ਇੱਕ ਅਨਹੋਲੀ ਅਲਾਇੰਸ ਬਣਾਉਣ ਦਾ ਜੋ ਯਤਨ ਕੀਤਾ ਜਾ ਰਿਹਾ ਸੀਗਾ, ਉਹ ਸਾਰਾ ਬਾਨੂਮਤੀ ਦੇ ਕੁਣਬੇ ਵਾਂਗੂ ਖੇਰੂ ਖੇਰੂ ਹੋਣਾ ਹੀ ਸੀਗਾ, ਕਿਉਂਕਿ ਸਿਰਫ ਨਾਮ ਰੱਖਣ ਨਾਲ ਵੀ ਮੈਂ ਸੀ ਇੰਡੀਆ ਜੀ, ਇੰਡੀਆ ਨਹੀਂ ਟੁੱਟ ਸਕਦਾ ਸਭ, ਚਾਹੇ ਟੁਕੜਾ ਟੁਕੜੇ ਗੈਂਗ ਕਰਨ ਵਾਲੇ ਆ, ਅੱਡ ਅੱਡ ਜਿਹੜੇ ਟੁਕੜੇ ਟੁਕੜੇ ਕਰੇਂਗੇ ਭਾਰਤ ਕੇ, ਭਾਰਤ ਨਹੀਂ ਆਇਆ, ਅੱਡ ਇੰਡੀ ਅਲਾਇੰਸ ਟੁਕੜੇ ਟੁਕੜੇ ਹੋਇਆ ਹੋਣਾ ਹੀ ਸੀਗਾ, ਕਿਉਂਕਿ ਇਹਦੇ ਵਿੱਚ ਇੰਡੀਆ ਕਿਤੇ ਹੈ ਹੀ ਨਹੀਂ ਸੀਗਾ। ਇੰਡੀਆ ਦੀ ਸੋਚ ਹੀ ਨਹੀਂ ਸੀ ਵੀ ਭਾਰਤ ਪ੍ਰਤੀ ਅਸੀਂ ਕੀ ਹੈ, ਭਾਰਤ ਵਰਸ਼ ਦਾ ਅੱਗੇ ਭਵਿੱਖ ਕੀ ਹੋਊਗਾ, ਕਿਹੜੇ ਪਾਸੇ ਹਿੰਦੁਸਤਾਨ ਨੂੰ ਲੈ ਕੇ ਚੱਲੇ ਹਾਂ, ਕਿੱਧਰ ਨੌਜਵਾਨ ਜਾਣਗੇ, ਕਿੱਧਰ ਕਿਸਾਨ ਜਾਣਗੇ, ਕਿੱਧਰ ਗਰੀਬਾਂ ਵਾਸਤੇ ਕਰਾਂਗੇ, ਇਹਨੂੰ ਸਾਰੇ ਆਪਣੀ ਪਈ ਸੀ। ਤੇ ਉਹ ਪਈ ਇਸ ਤਰ੍ਹਾਂ ਸੀਗੀ ਵੀ ਜਦੋਂ ਨਾਮ ਤਾਂ ਲੈ ਰਹੇ ਸੀ ਵੀ ਈਡੀ ਦਾ ਦੁਰਉਪਯੋਗ ਹੋ ਰਿਹਾ, ਰੌਲਾ ਆਪਣੇ ਆਪ ਦੇ ਅੰਦਰ ਅੰਤਰਾਤਮਾ ਦੇ ਅੰਦਰ ਜਿਹੜਾ ਚੋਰ ਹੈ, ਜਿੱਦਣ ਦੇ ਉਹ ਐਮ ਪੀ ਸਾਹਿਬਾਨ ਕਾਂਗਰਸ ਦੇ ਜਿਹੜੇ ਰਾਜ ਸਭਾ ਐਮ ਪੀ ਸਾਹੂ ਜੀ ਦੇ ਘਰੋਂ 350 ਕਰੋੜ ਰੁਪਏ ਫਕੜੇ ਗਏ, ਉਸ ਦਿਨ ਦਾ ਬੁਖਾਰ ਚੜ ਗਿਆ ਨਾ ਸਾਰਿਆਂ ਨੂੰ, ਹੁਣ ਨੰਬਰ ਤੁਹਾਡਾ ਲੱਗਣ ਵਾਲਾ। ਇਸ ਕਰਕੇ ਇੱਕ ਪ੍ਰਯਾਸ ਜ਼ੋਰ ਪਕੜਿਆ ਸੀਗਾ, ਪਰ ਇਵੈਂਚੁਅਲੀ ਆਪਣੀ ਰਾਜਨੀਤਿਕ ਕੁੰਠਾਵਾਂ, ਰਾਜਨੀਤਿਕ ਜਿਹੜੀ ਇਹਨਾਂ ਦੀ ਹੈਗੀਆਂ ਲਿਮੀਟੇਸ਼ਨ ਆਪਦੇ ਈਗੋ ਹੈ, ਹਰੇਕ ਅਚਕਨਾ ਬਣਾਈ ਬੈਠੇ ਹੈ, ਇੱਥੇ ਪੰਜਾਬ ਵਾਲੇ ਲੀਡਰ ਚੀਫ ਮਿਨਿਸਟਰ ਬਣਨ ਨੂੰ ਫਿਰਦਾ, ਕੋਈ ਉੱਥੇ ਪ੍ਰਾਈਮ ਮਿਨਿਸਟਰ ਬਣਨ ਨੂੰ ਫਿਰਦਾ, ਸਾਰਿਆਂ ਦੇ ਜਿਹੜੇ ਹੈ ਸਭ ਉਹਨਾਂ ਦੀ ਆਪਣੀ ਮਹੱਤਵਾਕਾਂਕਸ਼ਾਵਾਂ ਕਰਕੇ ਆ ਸਾਰਾ ਕੰਮ ਖੇਰੂ ਖੇਰੂ ਹੋ ਗਿਆ, ਹੋਣਾ ਸੀਗਾ। ਪਰ ਉਸੇ ਕੰਟੈਕਸਟ 'ਚ ਜੇ ਪੰਜਾਬ ਦੀ ਗੱਲ ਕਰੀਏ, 13-0 ਨਹੀਂ ਸਾਹਿਬ, ਮੈਂ ਇਹਨਾਂ ਦੀ ਗੱਲਾਂ ਦੇ ਦੇਖੋ ਹਾਥੀ ਦਾਂਤ ਖਾਣੇ ਕਿ ਔਰ ਦਿਖਾਣੇ ਕਿ ਔਰ, ਭਗਵੰਤ ਮਾਨ ਜੀ ਸਵੇਰੇ ਆਥਣੇ ਕੁਛ ਕਹਿੰਦੇ ਆ, ਸਵੇਰੇ ਕੁਛ ਕਹਿੰਦੇ ਆ, ਅਗਲੇ ਦਿਨ ਜਾ ਕੇ ਕੁਛ ਕਹਿਣਗੇ, ਆਹੀ ਕਹਿੰਦੇ ਸੀ ਵੀ ਮੈਂ ਫੜ ਕੇ ਅੰਦਰ ਕਰੂੰਗਾ, ਇਹ ਕਾਂਗਰਸੀ ਡੇ ਲੀਡਰ ਬੈਠੇ ਨਾਮ ਲਏ ਸੀ ਇਹਨਾਂ ਨੇ ਵੀ ਮੈਂ ਵੱਡੇ ਵੱਡੇ ਜਿਹੜੇ ਆ ਜਿਹਨਾਂ ਨੇ ਨਵੇਂ ਤਰੀਕੇ ਖੋਜੇ ਆ ਕਰਪਸ਼ਨ ਵਾਲੇ, ਉਹ ਤਾਂ ਅਜੇ ਕੀਤੇ ਨਹੀਂ। 13-0 ਤੋਂ ਕਈ ਦਿਨਾਂ ਤੋਂ ਰਾਗ ਅਲਾਪ ਰਹੇ ਆ, ਜੇ 13-0 ਵਾਲਾ ਕੰਮ ਸੀਗਾ ਤੇ ਹੁਣ ਤਾਂ ਫੜ ਕੇ ਅੰਦਰ ਕੀਤੇ ਹੁੰਦੇ, ਅਜੇ ਵੀ ਨਹੀਂ ਕੀਤੇ, ਕਰਨਗੇ। ਮੇਰਾ ਸਵਾਲ ਆ ਵੀ ਲੋਕ ਪੰਜਾਬ ਦੇ ਉਦੋਂ ਮੰਨਣਗੇ ਇਸ ਗੱਲ ਨੂੰ ਵੀ ਆ ਕੀ ਸ਼ੰਕਰ ਹੈ ਨਹੀਂ, ਲੋਕਾਂ ਨੂੰ ਗੁੰਮਰਾਹ ਕਰ ਰਹੇ ਸੀ ਵੋਟਾਂ ਲੈਣ ਵਾਸਤੇ, ਇਹਨਾਂ ਨੇ ਅੰਦਰ ਖਾਤੇ ਕੋਈ ਸਕੀਮ ਬਣਾ ਲਈ ਹੋਣੀ ਵੀ 13 ਜੀ ਅੱਡ ਅੱਡ ਲੈ ਲੈਣੇ ਆਪਾਂ, ਬਾਕੀ ਤਾਂ ਇਕੱਠੇ ਹੀ ਆ ਉੱਥੇ ਜਾ ਕੇ ਤੇ ਫਿਰ ਆਪਣੇ ਇਕੱਠੇ ਸਾਂਝੀਏ। ਜਦੋਂ ਤਾਈਂ ਧੌਣ 'ਚ ਹੱਥ ਨਹੀਂ ਪਾਉਂਦੇ ਕਰਪਸ਼ਨ ਦੇ, ਉਦੋਂ ਤਾਈਂ ਲੋਕਾਂ ਨੇ ਨਹੀਂ ਮੰਨਣਾ ਵੀ ਹੈ। ਦੇਖੋ ਕੀ ਸ਼ੱਕਰ ਹੈਗੀ, ਕਾਂਗਰਸ ਵਾਲਿਆਂ ਦੀ ਮਜਬੂਰੀ ਹੈ ਕਿਉਂਕਿ ਕੇਸ ਵਿਜੀਲੈਂਸ ਦੇ ਸਵੇਰੇ ਹੱਥਣੇ ਕਿਸੇ ਵੀ ਟਾਈਮ ਆ ਸਕਦੀ ਹੈ ਵਿਜੀਲੈਂਸ, ਇਸ ਕਰਕੇ ਉਹਨਾਂ ਨੂੰ ਚੁੱਪ ਕਰਾ ਰੱਖਿਆ, ਲੋਕਾਂ ਨੂੰ ਗੁੰਮਰਾਹ ਕਰ ਰਹੇ ਭਗਵੰਤ ਮਾਨ ਜੀ, ਉਹਦਾ ਕੁਛ ਲੋਕਾਂ ਨੇ ਮੰਨਣਾ ਨਹੀਂ। ਪਰ ਇਹਦੇ ਵਿੱਚ ਨਾ ਤਾਂ ਕਿਤੇ ਪੰਜਾਬ ਦਾ ਭਲਾ ਮੈਨੂੰ ਦਿਖਾਈ ਦਿੰਦਾ, ਨਾ ਹੀ ਕਿਤੇ ਹਿੰਦੁਸਤਾਨ ਦੀ, ਤਾਂ ਗੱਲ ਹੀ ਬਹੁਤ ਵੱਡੀ ਹੈ। ਪੋਸਟ ਇਲੈਕਸ਼ਨ ਇਹ ਅਲਾਈਸ ਹੋ ਸਕਦਾ ਕਹਿ ਰਹੇ, ਆਪਣੇ ਮੂੰਹ ਕਹਿ ਰਹੇ ਸਭ, ਮੈਂ ਤਾਂ ਆਹ ਦੇਖ ਕੇ ਕਹਿ ਰਿਹਾ ਵੀ ਇੱਕ ਪਾਸੇ ਇਸ ਸਮੂਹ ਨਾਲ ਇੱਥੇ ਹੀ ਬੈਠ ਕੇ ਭਗਵੰਤ ਮਾਨ ਜੀ ਕਹਿ ਰਹੇ, ਤੇ ਪਰਸੋਂ ਮੇਰੇ ਖਿਆਲ 'ਚ ਇੱਥੇ ਕੁਰਸੀ ਡਾਹੀ ਬੈਠੇ ਸੀਗੇ ਪਵਨ ਬਾਂਸਲ ਜੀ ਤੇ ਉਹ ਰਾਘਵ ਚੱਡਾ ਜੀ, ਉਹ ਕਾਹਦੀ ਗੱਲ ਕਰੀ ਜਾਂਦੇ ਸੀ? ਫਿਰ ਚੰਡੀਗੜ੍ਹ ਅੱਡ ਹੈ ਭਗਵੰਤ ਮਾਨ ਜੀ ਤੇ ਅੱਜ ਕਿਹਾ 14-0 ਕਰ ਦਿਓ, 14-0 ਦੇ ਵਿੱਚ ਜਿਹੜਾ ਕਾਰਪੋਰੇਸ਼ਨ ਦਾ ਇਲੈਕਸ਼ਨ ਹੋ ਰਿਹਾ ਚੰਡੀਗੜ੍ਹ ਦਾ, ਉਹਦੇ ਵਿੱਚ ਕਿਉਂ ਸ਼ੱਕਰ ਹੈ? ਦੇਖੋ ਆਪਣੇ ਆਪ ਦੇ ਵਿੱਚ ਬੜਾ ਵਿਰੋਧਾਭਾਸ ਹੈ, ਕੰਟਰਾਡਿਕਟਰੀ ਸਟੇਟਮੈਂਟ ਦੇ ਰਹੇ ਸਾਰੇ, ਤੇ ਇਸ ਕਰਕੇ ਕਿਤੇ ਨਾ ਕਿਤੇ, ਵੈਸੇ ਤਾਂ ਦਾਲ ਚ ਕਾਲਾ ਕਹਿੰਦੇ, ਮੈਨੂੰ ਆ ਸਾਰੀ ਦਾਲ ਹੀ ਕਾਲੀ ਹੈ ਜਿਹੜੀ ਹੈ, ਦੋਨੋਂ ਅਨਹੋਲੀ ਅਲਾਇੰਸ ਜਿਹੜਾ ਹੈ ਨਾ ਦੋਨਾਂ ਦਾ,
ਅਪੋਜੀਸ਼ਨ ਨੇ ਗੋਡੇ ਟੇਕ ਰੱਖੇ ਸਭ ਸਰਕਾਰ ਦੇ ਸਾਹਮਣੇ, ਇਸ ਤੋਂ ਜ਼ਿਆਦਾ ਪੰਜਾਬ ਦੇ ਨਾਲ ਹੋਰ ਧੱਕਾ ਕੀ ਹੋ ਸਕਦਾ? ਅਪੋਜੀਸ਼ਨ ਜਿਹੜੇ ਲੀਡਰ ਹੈ ਉਹ ਉਹਨਾਂ ਦੇ ਅੰਗੂਠੇ ਹੇਠ ਹੈ ਵੀ ਮੈਂ ਸਵੇਰੇ ਚੱਕ ਕੇ ਲਿਆਊਂਗਾ, ਬੋਲਦੇ ਨੀ। ਕਾਂਗਰਸ ਦਾ ਇੰਟਰਨਲ ਕਲੈਸ਼ ਵੀ ਹੈ, ਨਵਜੋਤ ਸਿੱਧੂ ਨੂੰ ਕਦੀ ਰਵਨੀਤ ਬਿੱਟੂ ਕਹਿੰਦੇ ਨੇ ਕਿ ਬਾਹਰ ਕੱਢ ਦੋ, ਕਦੀ ਰਾਜਾ ਵੜਿੰਗ ਕਹਿੰਦੇ ਨੇ ਕਾਰਵਾਈ ਕਰਾਂਗੇ, ਮੱਲਿਕਾਰਜੁਨ ਖੜਗੇ ਤੱਕ ਆ ਰਹੇ ਨੇ, ਉਹ ਵੀ ਇਹੀ ਕੋਸ਼ਿਸ਼ ਹੈ ਕਿ ਇਕਜੁੱਟ ਕੀਤਾ ਜਾਏਗਾ। ਅਮਨ ਜੀ ਕੌਣ ਕੀ ਕਹਿ ਰਿਹਾ ਇਹਨਾਂ ਚੋਂ ਪਤਾ ਨੀ, ਪਰ ਪੰਜਾਬ ਦੇ ਲੋਕ ਕਹਿ ਰਹੇ ਵੀ ਕਾਂਗਰਸ ਨੂੰ ਬਾਹਰ ਕੱਢੋ, ਇਹਦੇ ਨਾਲ ਤਾਂ ਫਿਰ ਜੇ ਆ ਜਿਹੜੇ ਨਕਲੀ ਅਪੋਜੀਸ਼ਨ ਇਹਦਾ ਕੀ ਕੰਮ ਹੈ ਇੱਥੇ? ਦੇਖੋ ਲੋਕ ਆ ਜਿਹੜਾ ਫਰੋਡ ਕੀਤਾ ਜਾ ਰਿਹਾ ਨਾ ਲੋਕਤੰਤਰ ਦੇ ਨਾਲ, ਵੀ ਅਪੋਜੀਸ਼ਨ ਦੀ ਚੌਧਰ ਲੈ ਕੇ ਵੀ ਅਸੀਂ ਅਪੋਜੀਸ਼ਨ ਹੈ ਜੀ, ਸਾਡੇ ਕੋਲ ਅਫੀਸ਼ੀਅਲ ਅਪੋਜੀਸ਼ਨ ਹੈ ਜੀ, ਕਾਰ ਕੋਠੀ ਬੰਗਲਾ ਲਈ ਬੈਠੇ ਹੈ, ਵੀ ਆ ਛੱਡੋ ਤੁਸੀਂ ਫਿਰ, ਆ ਛੱਡਦੇ ਨਹੀਂ ਤਾਂ ਲੋਕ ਇਹਨਾਂ ਨੂੰ ਕੱਢਣਗੇ, ਇਹਨਾਂ ਨੂੰ ਕੱਢਣਗੇ, ਇਹ ਪਤਾ ਨਹੀਂ ਸਿੱਧੂ ਸਾਹਿਬ ਨੂੰ ਕੱਢਦੇ ਆ ਸਵੇਰੇ ਕਹਿ ਦੇਣਗੇ ਖਹਿਰਾ ਸਾਹਿਬ ਨੂੰ ਕੱਢਾਂਗੇ। ਇਹ ਦੇਖੋ ਲੋਕਾਂ ਨੂੰ ਗੁੰਮਰਾਹ ਕਰ ਰਹੇ ਮੈਂ ਜੀ, ਇਸ ਚ ਲੋਕ ਗੁੰਮਰਾਹ ਹੁੰਦੇ ਨਹੀਂ। ਅਯੋਧਿਆ ਤੇ ਛੁੱਟੀ ਨਹੀਂ ਕੀਤੀ, ਉਸ ਤੇ ਮੁੱਖ ਮੰਤਰੀ ਨੇ ਅੱਜ ਕਿਹਾ ਕਿ ਜਿਹੜੀ ਚੀਜ਼ ਲਾਈਵ ਟੈਲੀਕਾਸਟ ਸੀਗੀ ਉਹਦੇ ਤੇ ਛੁੱਟੀ ਦੀ ਕੀ ਜ਼ਰੂਰਤ ਹੈ? ਭਗਵੰਤ ਮਾਨ ਜੀ ਨੇ ਛੁੱਟੀ ਕੀਤੀ ਕਿ ਨਾ ਕੀਤੀ ਅਮਨ ਜੀ ਬੇਮਾਇਨ ਹੈ ਸਾਹਿਬ, ਭਗਵਾਨ ਰਾਮ ਕਿਸੇ ਇੱਕ ਚੀਫ ਮਿਨਿਸਟਰ ਦੇ ਮੁਹਤਾਜ ਹੈਗੇ? ਭਗਵਾਨ ਰਾਮ ਕਿਸੇ ਛੁੱਟੀ ਦੇ ਮੁਹਤਾਜ ਹੈਗੇ? ਕਿਸੇ ਦੀ ਵੀ ਆਸਥਾ, ਭਗਵਾਨ ਰਾਮ ਤਾਂ ਨਾਮ ਹੀ ਬਹੁਤ ਵੱਡਾ ਹੈ ਸਾਹਿਬ, ਮੈਂ ਕਿਹਾ ਕਿਸੇ ਵੀ ਮੇਰੀ ਆਸਥਾ ਕਿਸੇ ਚ ਹੈ, ਉਹ ਕਿਸੇ ਆਸਥਾ ਕਿਸੇ ਛੁੱਟੀ ਦੀ, ਕਿਸੇ ਸਰਕਾਰੀ ਹੁਕਮ ਦੀ, ਕਿਸੇ ਆਰਡੀਨੈਂਸ ਦੀ ਮੁਹਤਾਜ ਹੀ ਨਹੀਂ ਹੁੰਦੀ ਸਾਹਿਬ। ਮੇਰੀ ਆਸਥਾ ਹੈ ਲੋਕਾਂ ਦੀ, ਹਿੰਦੁਸਤਾਨ ਦੀ ਆਸਥਾ ਹੈ। ਭਗਵੰਤ ਮਾਨ ਜੀ ਤਾਂ ਆਪਣੀ ਛੋਟੀ ਸੋਚ, ਮੈਂ ਸਮਝਦਾ ਸੀ ਵੀ ਬੜੇ ਪੰਜਾਬ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਇਸ ਕਿਸਮ ਦੀ ਗੱਲ ਕਰੇ, ਜਿੱਥੇ ਪੰਜਾਬੀਆਂ ਦੇ ਤੇ ਖੂਨ ਦੇ ਅੰਦਰ ਸਰਬ ਸਾਂਝੀ ਵਾਲਤਾ ਗੁਰੂ ਮਹਾਰਾਜ ਨੇ, ਸਾਡੇ ਤਾਂ ਪੰਜਾਬੀਆਂ ਦੇ DNA ਦੇ ਅੰਦਰ, ਉੱਥੇ ਜੀ ਛੋਟੀ ਸੋਚ ਕਰੀ ਜਾਂਦੇ। ਉਹ TV ਇਹਨਾਂ ਨੂੰ ਅੱਜ ਕੱਲ੍ਹ ਹਰੇਕ ਚੀਜ਼ ਚ ਸੈਲਫੀ ਨਜ਼ਰ ਆਉਂਦੀ ਹੈ। ਪੰਜਾਬ ਡੁੱਬ ਰਿਹਾ ਸੀ ਤਾਂ ਪੁਲ ਤੇ ਖੜੇ ਹੋ ਕੇ ਕਹਿੰਦੇ ਸੈਲਫੀ ਖਿਚਾ ਲਓ, TV ਤੇ ਆਊ ਫੋਟੋ ਆਊਗੀ, ਹੁਣ ਉਹਨੂੰ ਫਿਰ TV ਦਿਸਣ ਲੱਗਿਆ, ਕਿਉਂਕਿ ਆ TV ਵਾਲਾ ਕੰਮ ਇੰਨਾ ਸਮੇਟੀ ਬੈਠਿਆ ਸਾਰੇ ਦਿਨ ਉਹ ਇੱਕ ਕਲਾਕਾਰ ਵਾਂਗੂ, ਜਿਹੜੇ ਬੰਬਈ ਵਾਲੇ ਫਿਲਮ ਆਰਟਿਸਟ ਜਿਹੜੇ ਹੁੰਦੇ ਨੇ ਉਸ ਤਰ੍ਹਾਂ ਹਰੇਕ ਰੋਜ਼ ਫਿਲਮਾਂ ਦੇਖ ਦੇਖ ਕੇ ਉਹ ਉਸ ਦੁਨੀਆਂ 'ਚ ਜੀਣ ਲੱਗ ਜਾਂਦੇ। ਜ਼ਮੀਨ 'ਤੇ ਆ ਜਾਓ ਮੁੱਖ ਮੰਤਰੀ ਸਾਹਿਬ, ਆਹ ਪੰਜਾਬ ਦੇ ਲੋਕ ਹੈ, ਆਹ ਅਰਸ਼ 'ਤੇ ਵੀ ਲਿਆਉਂਦੇ ਆ, ਫਰਸ਼ 'ਤੇ ਵੀ ਲਿਆਉਂਦੇ ਆ, ਸਾਰਾ ਕੁਛ ਹੀ ਹੈ, ਲੋਕ ਕਰਨਾ ਜਾਣਦੇ ਆ ਜੀ। 92 ਇਹਨਾਂ ਨੇ ਦਿੱਤੀਆਂ ਅਤੇ ਨਕਪਰ ਨੇ ਵੀ ਸੰਗਰੂਰ 'ਚ ਠੋਕਿਆ ਸੀਗਾ, ਅਤੇ ਇਹ ਪੰਜਾਬ ਦੇ ਲੋਕ ਹੈ, ਇੱਥੇ ਧਰਤੀ ਨਾਲ ਬੈਠ ਕੇ ਆ ਪੰਜਾਬੀਆਂ ਦੀ ਅਤੇ ਕਿਸੇ ਦੀ ਵੀ ਧਾਰਮਿਕ ਆਸਥਾ ਦੇ ਨਾਲ ਇਸ ਕਿਸਮ ਦੀ ਉੱਚੀ ਗੱਲ ਕਰਨੀ ਪੰਜਾਬ ਦੇ ਮੁੱਖ ਮੰਤਰੀ ਨੂੰ, ਕਿਸੇ ਵਿਅਕਤੀ ਨੂੰ ਸ਼ੋਭਾ ਨਹੀਂ ਦਿੰਦੀ। ਕਾਂਗਰਸ ਨਿਆਏ ਯਾਤਰਾ ਕੱਢ ਰਹੀ ਹੈ, ਗੁਹਾਟੀ 'ਚ ਵਿਰੋਧ ਵੀ ਹੋਇਆ, ਜੋ ਅਯੋਧਿਆ ਤੇ ਸਾਫ਼ ਇਨਕਾਰ ਹੀ ਕਰਤਾ, ਲੱਗਦਾ ਉਸਦਾ ਡੈਮੇਜ ਹੈ ਕਾਂਗਰਸ ਨੂੰ? ਹੋਰ ਜਿਸ ਤਰੀਕੇ ਦੀ ਇਹ ਐਡਵਾਈਜ਼ਰ ਕੌਣ ਲੱਗਦੇ ਨੇ ਖਾਸ ਕਰਕੇ? ਦੇਖੋ ਪਤਾ ਨਹੀਂ ਕਿਹਨੇ ਐਡਵਾਈਸ ਦਿੱਤੀ ਹੈ, ਮੈਨੂੰ ਲੱਗਦਾ ਹੈ ਵੀ ਜਿਹੜੇ ਲੋਕਾਂ ਨੇ ਕਾਂਗਰਸ ਨੂੰ ਐਡਵਾਈਸ ਦਿੱਤੀ, ਉਹ ਕਈ ਦਿਨ ਇਕੱਠੀ ਮੀਟਿੰਗਾਂ ਮੂਟਿੰਗਾਂ ਕਰਕੇ ਭਗਵੰਤ ਮਾਨ ਜੀ ਦੇ ਕੋਲ ਕਾਂਗਰਸ ਦੇ ਜਿਹੜੇ ਐਡਵਾਈਜ਼ਰ ਹੈ, ਜਿਨ੍ਹਾਂ ਨੇ ਪੰਜਾਬ 'ਚ ਪਹਿਲਾਂ ਇੱਥੇ ਧਾਰਮਿਕ ਗੱਲਾਂ ਦੇ ਅੰਦਰ ਜਾਤ ਪਾਤ ਦੇ ਨਾਮ 'ਤੇ ਕੀਤਾ ਸੀ, ਕੋਈ ਨਾ ਕੋਈ ਅੰਬਿਕਾ ਜੀ ਵਰਗੇ ਜਾਂ ਕੋਈ ਹਰੀਸ਼ ਰਾਜਸਥਾਨ ਵਾਲੇ ਜਿਹੜੇ ਬਾਈਤੂ ਹੈ, ਹਰੀਸ਼ ਬਾਈਤੂ ਜੀ, ਉਹ ਉਹਨਾਂ ਨੇ ਐਡਵਾਈਸ ਦੇ ਦਿੱਤੀ ਹੋਣੀ ਹੈ ਕਿ ਰਾਹੁਲ ਜੀ ਨੂੰ ਵੀ ਤੁਸੀਂ ਆਹ ਕੰਮ ਕਰੋ। ਆਸਥਾ ਦੇ ਕੰਮ ਦੇ ਅੰਦਰ ਕਾਹਦਾ ਨਤੀਜਾ ਹੈ ਸਭ, ਆਸਥਾ ਤੁਹਾਡੇ ਅੰਦਰੋਂ ਬੋਲਦੀ ਹੈ, ਜਿੱਥੇ ਤੁਹਾਡੀ ਆਸਥਾ ਹੈ ਉਹਦੇ ਵਾਸਤੇ ਤੁਹਾਨੂੰ ਸਲਾਹ ਲੈਣੀ ਪਵੇ ਵੀ ਮੈਂ ਕਿਹਨੂੰ ਜਾ ਕੇ ਆਪਣਾ ਕਿਹਦੇ 'ਚ ਮੇਰੀ ਆਸਥਾ ਹੈ, ਉਹਨਾਂ ਦਾ ਭੁਗਤਣਗੇ ਸਭ। ਇੱਕ ਆਖਰੀ ਸਵਾਲ ਹੈ, 13 ਸੀਟਾਂ ਦੀ ਤੁਸੀਂ ਵੀ ਤਿਆਰੀ ਕਰ ਰਹੇ ਹੋ, ਅਕਾਲੀ ਦਲ ਅਲਾਇੰਸ ਨੂੰ ਲੈ ਕੇ ਕੀ ਚਰਚਾ ਹੈ? ਕਿਉਂਕਿ ਇੱਕ ਚਰਚਾ ਇਹ ਵੀ ਹੈ ਕਿ ਸ਼ਾਇਦ BJP ਨੇ ਮਨਾ ਕਰਤੀ ਹੈ, ਅਕਾਲੀ ਦਲ ਦੀ ਪੰਜਾਬ ਦੀ ਲੀਡਰਸ਼ਿਪ ਨੂੰ ਉਹ ਨਹੀਂ ਸਵੀਕਾਰ ਕਰ? ਦੇਖੋ ਕਿਸ ਕਿਸਮ ਦੀਆਂ ਕਿਹੜੀਆਂ ਚਰਚਾਵਾਂ, ਮੈਂ ਤੁਹਾਨੂੰ ਬਾਰ ਬਾਰ, ਮੇਰੀ ਤਾਂ ਇੱਕੋ ਚਰਚਾ ਵੀ ਆਹ ਫੈਸਲਾ ਚੰਡੀਗੜ੍ਹ ਦੇ ਅੰਦਰ ਨਹੀਂ ਹੋਣਾ, ਆਹ ਫੈਸਲਾ ਦਿੱਲੀ ਦੇ ਅੰਦਰ ਹਾਈਕਮਾਂਡ ਜਿਹੜੀ ਹੈ ਪਾਰਟੀ BJP ਦੇ ਹਾਈਕਮਾਂਡ, ਪ੍ਰਧਾਨ ਮੰਤਰੀ ਲੈਵਲ 'ਤੇ
ਰਾਸ਼ਟਰੀ ਪ੍ਰਧਾਨ ਨੱਡਾ ਜੀ ਜਾਂ ਅਮਿਤ ਸ਼ਾਹ ਜੀ ਦੇ ਲੈਵਲ ਤੇ ਫੈਸਲੇ ਹੋਣੇ ਆ, ਇਹਦੇ ਤੇ ਕਿਸੇ ਕਿਸਮ ਦੀ ਕੋਈ ਡਿਸਕਸ਼ਨ ਇੱਥੇ ਪੰਜਾਬ ਦੇ ਯੂਨਿਟ ਨਾਲ ਨਹੀਂ ਹੋਈ ਹਾਲੇ ਤੱਕ, ਕੋਈ ਅਲਾਈਅੰਸ ਦੀ ਚਰਚਾ ਕਿਸਮ ਦੀ ਕੋਈ ਚਰਚਾ ਨਹੀਂ ਹੋਈ 13 ਦੀ 13 ਸੀਟਾਂ ਤੇ ਬੀਜੇਪੀ ਆਪਣੀ ਤਿਆਰੀ ਪੂਰੀ ਦੇਖੋ ਇਸ ਤਾਂ ਆਪਣਾ ਪੂਰਾ ਜਦੋਂ ਸ਼ਿਕਾਰ ਖੇਡਣ ਨਿਕਲੀਦਾ ਫਿਰ ਪੂਰੀ ਸਮਾਨਾ ਲੈ ਕੇ ਨਿਕਲੀਦਾ ਸ਼ੇਰ ਦੇ ਸ਼ਿਕਾਰ ਦਾ ਸਮਾਨ ਲੈ ਕੇ ਚੱਲਣਾ ਸੀ ਜਿਹੜੀ ਯਾਤਰਾ ਇੱਕ ਅਕਾਲੀ ਦਲ ਕੱਢ ਰਹੀ ਹੈ ਪੰਜਾਬ ਬਚਾਓ ਯਾਤਰਾ ਪੰਜਾਬ ਨੂੰ ਤਾਂ ਬਚਾਉਣਾ ਪਊਗਾ ਸਭ ਪੰਜਾਬ ਦੇ ਅੰਦਰ ਤਾਂ ਕਈ ਗਲਤ ਅਨਸਰ ਵੀ ਯਾਤਰਾਵਾਂ ਕੱਢ ਰਹੇ ਪੰਜਾਬ ਦੇ ਅੰਦਰ ਤਾਂ ਹਰ ਕਿਸਮ ਦੇ ਲੋਕ ਯਾਤਰਾਵਾਂ ਕੱਢ ਰਹੇ ਪਰ ਮੈਨੂੰ ਲੱਗਦਾ ਹੁਣ ਇਹ ਵੀ ਪੰਜਾਬ ਦਾ ਜਲੂਸ ਕੱਢਣ ਨੂੰ ਆਮ ਆਦਮੀ ਪਾਰਟੀ ਵਾਲੇ ਚੱਲੇ ਕਹਿੰਦੇ ਸੀ ਲੈ ਕੇ ਇਹਨੂੰ ਟੰਕੀ ਕਰਾਂਗੇ ਪੰਜਾਬ ਦੇ 26 ਜਨਵਰੀ ਦੇ ਬਾਅਦ ਯਾਤਰਾਵਾਂ ਕਰਨ ਸਭ ਪਰ ਪੰਜਾਬ ਦੇ ਲੋਕਾਂ ਨੂੰ ਫੈਸਲਾ ਲੈਣਾ ਪਊਗਾ ਪੰਜਾਬ ਨੂੰ ਪੰਜਾਬ ਦੇ ਲੋਕ ਬਚਾਉਣ ਸੋਚ ਕੇ ਭਾਵੁਕ ਨਾ ਹੋ ਕੇ ਪੰਜਾਬ ਦੇ ਭਵਿੱਖ ਨੂੰ ਦੇਖ ਕੇ ਜਦੋਂ ਕਹਿਣਗੇ ਕੌਣ ਜਿਹੜੀ ਪਾਰਟੀ ਹੈ ਉਦੋਂ ਮੈਂ ਸਮਝਦਾ ਸਾਰੀ ਗੱਲ ਸਾਹਮਣੇ ਆਜੂ ਇੱਕ ਬੀਜੇਪੀ ਹੈ ਜਿਹੜੀ ਨੈਸ਼ਨਲ ਲੈਵਲ ਦੀ ਪਾਰਟੀ ਹੈ ਪੰਜਾਬ ਦੀ ਬਾਂਹ ਫੜ ਸਕਦੀ ਹੈ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਪਾ ਸਕਦੀ ਹੈ ਨਸ਼ੇ ਵਾਲਾ ਤੇ ਆ ਜਿਹੜੇ ਗੁੰਡਾਗਰਦੀ ਹੈ ਰਾਜ ਅੱਜ ਕੱਲ੍ਹ ਗੈਂਗਸਟਰ ਦਾ ਰੂਲ ਇੱਥੇ ਚੱਲ ਰਿਹਾ ਜਿਹੜਾ ਲੋਕਾਂ ਤੋਂ ਫਿਰੌਤੀਆਂ ਲਈ ਹੈ ਰੋਕਣ ਵਾਸਤੇ ਇੱਕ ਕਰੜੇ ਐਡਮਿਨਿਸਟ੍ਰੇਟਰ ਦੀ ਲੋੜ ਹੈ ਪੰਜਾਬ ਦੇ ਹੋਰ ਵੀ ਫੈਸਲੇ ਜਿਵੇਂ ਰਾਸ਼ਨ ਕਾਰਡ ਕੱਟੇ ਗਏ ਉਹ 10 ਲੱਖ ਰਾਸ਼ਨ ਕਾਰਡ ਹੁਣ ਬਹਾਲ ਕਰਤੇ ਇਸ ਤਰੀਕੇ ਦੇ ਕਈ ਫੈਸਲੇ ਜੋ ਜਿਨ੍ਹਾਂ ਤੇ ਯੂ-ਟਰਨ ਕੱਟੇ ਕਿਉਂ ਸਭ ਪਹਿਲਾਂ ਤਾਂ ਅਮਨ ਜੀ ਆਹ ਮਸਲਾ ਨਹੀਂ ਵੀ ਅੱਜ ਜਿਵੇਂ ਉਹ ਰਾਜੇ ਮਹਾਰਾਜੇ ਆ ਕੇ ਕਰਦੇ ਸੀ ਨੇ ਜੀ ਅੱਜ ਮੈਂ ਮੇਰਾ ਜਨਮ ਦਿਨ ਹੈ ਤੇ ਮੈਂ ਖਰਾਬ ਦੇਣ ਲੱਗਿਆ ਕਿਹੜੇ ਤੁਸੀਂ ਕੱਟੇ ਕਿਉਂ ਗਰੀਬੀ ਦੇ ਨਾਲ ਮਜ਼ਾਕ ਕੀਤਾ ਸਰਕਾਰ ਨੇ ਆਮ ਲੋਕਾਂ ਦੀ ਸਰਕਾਰ ਨੇ ਆਮ ਲੋਕਾਂ ਦੇ ਨਾਲ ਮਜ਼ਾਕ ਕੀਤਾ 10 ਲੱਖ ਕਾਰਡ ਕੱਟੇ ਸੀਗੇ ਕਰੀਬਨ 10,44,000 ਦੇ ਕਰੀਬ ਕਾਰਡ ਜਿਹੜੇ ਕੱਟੇ ਹੈ ਕਰੀਬਨ ਮੈਂ ਸਮਝਦਾ ਵੀ 50 ਲੱਖ ਲੋਕਾਂ ਨੂੰ ਤੁਸੀਂ ਉਹਨਾਂ ਦੇ ਢਿੱਡ ਤੇ ਲੱਤ ਮਾਰੀ ਹੈ ਇਸ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹਦੇ ਕਹਿਣ ਤੇ ਮਾਰੀ ਹੈ ਜਿਹੜੇ ਤੁਹਾਡੇ 92 ਜਿੱਤ ਕੇ ਆਏ ਸੀ ਇਹਨਾਂ ਨੇ ਗਰੀਬਾਂ ਨੂੰ ਆਪਣੇ ਗੋਡੇ ਹੇਠਾਂ ਦੇ ਹੇਠਾਂ ਨੂੰ ਲਾਉਣ ਵਾਸਤੇ ਵੀ ਆਹ ਦੇਖ ਲਓ ਅਸੀਂ ਕੱਟਤੇ ਤੇ ਤੁਹਾਨੂੰ ਅਸੀਂ ਵਾਪਸ ਬਣਾ ਕੇ ਦਿਆਂਗੇ ਆਹ ਕੀਤਾ ਇਹਨਾਂ ਨੇ ਇਹਦੇ ਨਾਲ ਜਵਾਬ ਦੇਣਾ ਪਊਗਾ ਭਗਵੰਤ ਮਾਨ ਜੀ ਨੂੰ ਆਹ ਕਿਤੇ ਭਗਵੰਤ ਮਾਨ ਜੀ ਬੱਲੇ ਬੱਲੇ ਭਾਲਦੇ ਇਸ ਕੰਮ 'ਚ ਅੰਦਰ ਵੀ ਮੈਂ ਦੇਖੋ ਜੀ 10 ਲੱਖ ਕਾਰਡ ਨਵੇਂ ਨਹੀਂ ਬਣਾਏ ਸਰ ਗਰੀਬੀ ਦਾ ਮਜ਼ਾਕ ਉਡਾਇਆ ਉਹਨਾਂ ਲੋਕਾਂ ਦਾ ਤੇ ਪੰਜਾਬ ਦੇ ਅੰਦਰ 3 ਕਰੋੜ ਦੀ ਆਬਾਦੀ ਹੈ ਭਗਵੰਤ ਮਾਨ ਜੀ ਅੱਜ ਮੈਂ ਬਿਆਨ ਸੁਣ ਰਿਹਾ ਸੀ 3.5 ਕਰੋੜ ਭਗਵੰਤ ਮਾਨ ਜੀ 50 ਲੱਖ ਤਾਂ ਲੋਕ ਤੁਰ ਗਏ ਇੱਥੋਂ ਬਾਹਰ 3 ਚੋਂ ਵੀ ਘੱਟ ਗਏ ਤੁਸੀਂ ਅਸਲ ਜਦੋਂ ਸੈਂਸਸ ਪੜ੍ਹੋਗੇ ਨਾ ਤੁਸੀਂ ਤਾਂ ਹਵਾਈ ਗੱਲਾਂ ਕਰੀ ਜਾਂਦੇ ਹੋ 3.5 ਕਰੋੜ ਨਹੀਂ 3 ਕਰੋੜ ਵੀ ਆਬਾਦੀ 'ਚ ਵੀ ਮੈਨੂੰ ਘਾਟ ਲੱਗਦੀ ਹੈ ਤੇ ਉਹਦੇ ਵਿੱਚੋਂ 1.41 ਕਰੋੜ ਲੋਕਾਂ ਨੂੰ ਸੁਣ ਲਓ ਮੇਰੀ ਗੱਲ 3 ਕਰੋੜ ਲੋਕਾਂ ਦੇ ਪੰਜਾਬ ਦੀ ਆਬਾਦੀ ਦੇ ਅੰਦਰੋਂ 1.41 ਕਰੋੜ ਲੋਕਾਂ ਨੂੰ ਜਿਹੜਾ ਰਾਸ਼ਨ ਹੈ ਬੀਜੇਪੀ ਦੀ ਕੇਂਦਰ ਦੀ ਸਰਕਾਰ ਮੋਦੀ ਸਾਹਿਬ ਦੀ ਸਰਕਾਰ ਦੇ ਰਾਹੀਂ ਨਾ ਸਿਰਫ ਮੁਫ਼ਤ ਆ ਰਿਹਾ ਅਗਲੇ  5 ਸਾਲ ਵੀ ਮੁਫ਼ਤ ਮਿਲੂਗਾ ਉਹਨਾਂ 1.41 ਕਰੋੜ ਲੋਕਾਂ ਚੋਂ ਭਗਵੰਤ ਮਾਨ ਜੀ ਦੇ ਜਿਹੜੇ ਆ ਗੁਰਗੇ ਨਵੇਂ ਲੋਕਾਂ ਨੇ ਜਿਹੜੇ ਮੌਕਾ ਇਹਨਾਂ ਨੂੰ ਦੇ ਤਾ ਕਿਹੜੇ ਕਿਹੜੇ ਇਹਨਾਂ ਦੇ ਏਜੰਟ ਅੱਗੇ ਕੰਮ ਕਰਦੇ ਹੈ ਗਰੀਬਾਂ ਦੇ ਢਿੱਡ ਤੇ ਲੱਤ ਮਾਰਿਆ ਹੁਣ ਉਹਨਾਂ ਨੂੰ ਆ ਜਿਹੜਾ ਕਹਿੰਦੇ ਕਾਰਡ ਮੈਂ ਵਾਪਿਸ ਬਹਾਲ ਕਰੂੰਗਾ ਤੇ ਕੀ ਉਹਨਾਂ ਲੋਕਾਂ ਦੇ ਪੋਲੀਟੀਕਲ ਜਿਹੜੇ ਇਹਨਾਂ ਦੇ ਕਰਿੰਦੇ ਅੱਗੇ ਤੁਰੇ ਫਿਰਦੇ ਹੈ ਉਹਨਾਂ ਤੇ ਕੋਈ ਕਾਰਵਾਈ ਕਰਨਗੇ ਭਗਵੰਤ ਮਾਨ ਜੀ ਕਿ ਭਗਵੰਤ ਮਾਨ ਜੀ ਜਵਾਬ ਦੇਣਗੇ ਵੀ ਕੱਟੇ ਕਿਉਂ ਗਏ ਸੀ ਜੇ ਤੁਸੀਂ ਉਹਨੂੰ ਬਹਾਲ ਕੀਤੇ ਤਾਂ ਇਹਦਾ ਜਵਾਬ ਦੇਣਾ ਪਊਗਾ ਸਾਹਿਬ ਲੋਕਾਂ ਨੂੰ ਆਹ ਤਾਂ ਭਾਲਦੇ ਬੱਲੇ ਬੱਲੇ ਲੋਕ ਇਹਨਾਂ ਦੇ ਜਾ ਕੇ ਉੱਥੇ ਜਵਾਬ ਮੰਗਣਗੇ ਇਲੈਕਸ਼ਨ ਦੇ ਅੰਦਰ ਸੁਨੀਲ ਜਾਖੜ ਹੋਣੀ ਗੱਲਬਾਤ ਕਰ ਰਹੇ ਸੀ ਕਿ ਪੰਜਾਬ ਦੇ ਲੋਕ ਜਵਾਬ ਮੰਗ ਰਹੇ ਨੇ ਬੀਜੇਪੀ ਖਾਸ ਕਰਕੇ ਇਹਨਾਂ ਮੁੱਦਿਆਂ ਤੇ ਜਵਾਬ ਮੰਗ ਰਹੀ ਹੈ ਔਰ ਭਗਵੰਤ ਮਾਨ ਮੁੱਖ ਮੰਤਰੀ ਨੂੰ ਜਵਾਬ ਇਸ ਤੇ ਦੇਣਾ ਪਏਗਾ ਕੈਮਰਾਮੈਨ ਸੰਦੀਪ ਕੁਮਾਰ ਨਾਲ ਅਮਨ ਭਾਰਦਵਾਜ ਨਿਊਜ਼ 18 ਚੰਡੀਗੜ੍ਹ